ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜੀ ਆਪਣਾ ਇੱਕ ਨੁਸਖਾ ਤਿਆਰ ਕੀਤਾ ਆ ਕਬਜ਼ ਤੋਂ। ਕਈ ਬੰਦਿਆਂ ਨੂੰ ਕਬਜ਼ ਆ, ਤਾਂ ਉਹ ਆਹ ਤਿੰਨ ਚੀਜ਼ਾਂ ਮੈਂ ਬਣਾਈਆਂ ਆ ਅਤੇ ਇਹ ਤੁਸੀਂ ਅਜਮਾ ਸਕਦੇ ਆ। ਅਤੇ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਆ ਆਪਣੇ ਤੁਸੀਂ ਮਿਸਰੀ ਲੈ, ਦੂਸਰੇ ਨੰਬਰ 'ਤੇ ਸੌਂਫ ਆ, ਤੀਸਰੇ ਨੰਬਰ 'ਤੇ ਸੈਨਾ ਲੀਵਜ਼ ਆ। ਸੈਨਾ ਲੀਵਜ਼ ਦਾ ਇੱਦਾਂ ਦਾ ਆ ਇਹ, ਅਤੇ ਇਹ 25 ਗ੍ਰਾਮ ਆ, ਅਤੇ 25 ਗ੍ਰਾਮ ਆ। ਅਤੇ ਤੁਸੀਂ ਪਹਿਲਾਂ 25-25 ਗ੍ਰਾਮ ਟਰਾਈ ਕਰਕੇ ਦੇਖ ਲਓ, ਸੇਮ ਤਿੰਨੇ ਚੀਜ਼ਾਂ ਸੇਮ ਹੋਣ। ਜੇ ਇਹ 50 ਜਿੱਦਾਂ ਮੈਂ ਆ, ਮੈਨੂੰ ਤਾਂ ਵਧੀਆ ਇਹ ਲੱਗਾ, ਮੈਂ 100-100 ਗ੍ਰਾਮ ਤਿੰਨੇ ਚੀਜ਼ਾਂ ਕਰ ਲੈਂਦਾ ਆ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਿਓ। ਪਹਿਲਾਂ ਮੈਂ ਟਰਾਈ ਕਰਦਾ ਸੀਗਾ ਕਾਇਮ ਚੂਰ ਲੈਣ ਦੀ। ਕਾਇਮ ਚੂਰ ਨੂੰ ਮੈਨੂੰ ਖੁਦ ਡਾਕਟਰ ਨੇ ਦੱਸਿਆ ਉਹ ਤੁਹਾਡੀ ਬੋਡੀ ਨੂੰ ਅੰਦਰੋਂ ਬਹੁਤ ਜ਼ਿਆਦਾ ਡਰਾਈ ਕਰ ਦਿੰਦਾ ਆ, ਅਤੇ ਉਹਦੇ ਨਾਲ ਤੁਸੀਂ ਲੱਗ ਜਾਂਦੇ ਆ ਕਿ ਵੀ ਹੈਵ ਟੂ ਕਾਇਮ ਚੂਰਨ ਹੀ ਲੈਣਾ ਹੀ ਲੈਣਾ ਆ। ਅਤੇ ਇਹ ਜਿਹੜੀਆਂ ਤਿੰਨੇ ਚੀਜ਼ਾਂ ਤੁਹਾਨੂੰ ਦੱਸ ਰਿਹਾ, ਕੋਈ ਇਹਦੇ ਵਿੱਚ ਕੋਈ ਇੱਦਾਂ ਹੋਰ ਚੀਜ਼ ਐਡ ਨਹੀਂ ਹੈਗੀ, ਵਧੀਆ ਤਿੰਨੇ ਚੀਜ਼ਾਂ ਅਤੇ ਤੁਸੀਂ ਖਾਓਗੇ ਵਧੀਆ ਆ। ਕਈ ਬੰਦਿਆਂ ਨੂੰ ਕਬਜ਼ ਆ ਜੀ ਆਪਣਾ ਬਹੁਤ ਟਾਈਮ ਤੋਂ, ਉਹ ਡਾਕਟਰ ਕਹਿੰਦੇ ਆ ਤੁਹਾਡੇ ਅੰਦਰੋਂ ਫਾਈਬਰ ਖਤਮ ਹੋ ਜਾਂਦੇ ਆ ਸਿੰਪਲ, ਕਿਉਂਕਿ ਜਿਹੜੀ ਆ ਕਬਜ਼ ਆ ਫਾਈਬਰ ਦੇ ਨਾਲ ਪੂਰਾ ਇਹਦਾ ਰਿਲੇਟਡ ਆ। ਤੁਸੀਂ ਵਾਲਮਾਰਟ ਜਾਂ ਕਿਤੇ ਹੋਰ ਵੀ ਮੈਨੂੰ ਨਹੀਂ ਪਤਾ, ਇਹ ਆਹ ਚੀਜ਼ ਲੈ ਲਿਓ ਫਾਈਬਰ ਆ, ਇਹ ਮੀਟਾ ਮੂਸਲ ਆ, ਅਤੇ ਇਹ 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 ਡੱਬਾ ਲੈ ਲਓ। ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਰਾਤ ਨੂੰ 1 ਚਮਚਾ ਗਰਮ ਪਾਣੀ ਨਾਲ ਲੈ ਲਿਓ, ਵਧੀਆ ਆ। ਦੂਸਰਾ, ਜੇ ਤੁਸੀਂ ਸਾਰੀ ਦਿਹਾੜੀ ਦੇ ਵਿੱਚ ਟਰਾਈ ਕਰੋ, ਇਹਦਾ 1 ਚਮਚਾ ਪਾਣੀ ਦੇ ਵਿੱਚ ਘੋਲ ਕੇ ਪੀ ਲਓ, ਅਤੇ ਇਹ ਇਹਦੇ ਵਿੱਚ ਪੂਰੇ ਫਾਈਬਰ ਆ। ਅੱਗੇ ਮੈਂ ਤਿੰਨਾਂ ਦਾ 1 ਚਮਚਾ ਲੈਂਦਾ ਹੁੰਦਾ ਸੀਗਾ, ਜਿੱਦਾਂ ਮੈਂ ਟਰਾਈ ਕਰਦਾ ਹੁੰਦਾ ਹਾਂ ਇੱਦਾਂ 1 ਚਮਚਾ। ਹੁਣ ਮੈਂ ਜਿਹੜੀ ਮੇਰਾ ਆ, ਹੁਣ ਮੈਂ ਆਹ ਨਾਲ ਲੈਂਦਾ ਹਾਂ, ਇਹਦਾ ਮੇਰਾ ਤਾਂ ਇੰਨਾ ਕੁ ਅੱਧਾ ਕੁ ਚਮਚਾ ਰਹਿ ਗਿਆ ਆ। ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਿਹੜਾ ਹੈਗਾ ਆ ਆਪਣਾ ਕਾਇਮ ਚੂਰਨ ਆ, ਕਾਇਮ ਚੂਰਨ ਬਹੁਤ ਜ਼ਿਆਦਾ ਮੈਨੂੰ ਲੈਣਾ ਪੈਂਦਾ ਸੀਗਾ, ਫਿਰ ਕਾਇਮ ਚੂਰਨ ਦੀ ਮੈਨੂੰ ਵੱਧ ਹੀ ਗਈ। ਜਿੱਥੇ ਪਹਿਲਾਂ ਮੈਂ 1 ਡੱਟ ਲੈਂਦਾ ਸੀ, ਫਿਰ ਮੈਨੂੰ 1.5 ਲੈਣਾ ਪੈ ਗਿਆ, ਉਹ ਭੈੜਾ ਹੀ ਕੰਮ ਹੋਣ ਲੱਗ ਪਿਆ ਮੇਰੇ ਲਈ। ਸੋ ਮੈਨੂੰ ਇੱਕ ਬੰਦੇ ਨੇ ਦੱਸਿਆ ਇਹ ਕਿ ਆਹ ਅਜਮਾ ਕੇ ਦੇਖ ਵਧੀਆ ਆ, ਅਤੇ ਮੈਨੂੰ ਬਹੁਤ ਵਧੀਆ ਲੱਗਾ। ਸੋ ਦੁਬਾਰਾ ਮੈਂ ਰਿਪੀਟ ਕਰ ਦਿੰਦਾ ਹਾਂ, ਤੁਸੀਂ 25 ਗ੍ਰਾਮ ਜਾਂ 50 ਗ੍ਰਾਮ ਜਾਂ 100 ਗ੍ਰਾਮ ਆ, ਤੁਸੀਂ ਆਪਣੀ ਮਿਸਰੀ ਲੈ ਲੈਣੀ ਆ, ਸੇਮ ਸੌਂਫ ਲੈ ਲੈਣੀ ਆ, ਸੇਮ ਸੈਨਾ ਲੀਪ ਲੈ ਲੈਣੇ ਆ। ਸੈਨਾ ਲੀਪ ਸਾਨੂੰ ਪੰਜਾਬੀ ਸਟੋਰ ਤੋਂ ਮਿਲ ਜਾਣੇ। ਤਿੰਨਾਂ ਚੀਜ਼ਾਂ ਨੂੰ ਗ੍ਰੈਂਡ ਕਰੋ, ਮਿਕਸ ਕਰੋ, ਰਾਤ ਨੂੰ ਸੌਣ ਲੱਗੇ 1 ਚਮਚਾ ਆਪਣਾ ਗਰਮ ਪਾਣੀ ਨਾਲ ਲੈ ਲਿਓ। ਸੋ ਆਹ ਚੀਜ਼ ਜ਼ਰੂਰ ਟਰਾਈ ਕਰਿਓ ਨਾਲ ਲੈਣ ਦੀ, ਅਤੇ ਵਧੀਆ ਰਹੋਗੇ। ਇੱਕ ਹੋਰ ਵੀ ਕਈ ਕਈ ਬੰਦੇ ਨਾ ਇਸ ਕਬਜ਼ ਨੂੰ ਕਹਿ ਦਿੰਦੇ ਆ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ, ਕਈ ਬੰਦੇ ਕਰਦੇ ਇੱਦਾਂ, ਹੈ ਨਾ। ਟਰਾਈ ਕਰੋ, ਜੇ ਕਿਸੇ ਨੂੰ ਸ਼ੁਰੂ ਹੋਈ ਆ ਕਬਜ਼, ਮੇਰਾ ਵੀਰ ਆ ਜਾਂ ਭੈਣ ਆ ਕੋਈ ਵੀ ਆ, ਹੈ ਨਾ, ਤਾਂ ਤੁਸੀਂ ਆਹ ਵੀ ਚੀਜ਼ਾਂ ਨਾ ਵਰਤਿਓ, ਜਾਂ ਕਾਇਮ ਚੂਰਨ ਜਾਂ ਕੁਛ ਵੀ ਨਾ ਚੀਜ਼ ਵਰਤਿਓ। ਸਿਰਫ ਵਾਲਮਾਰਟ ਜਾਵੋ, ਫਾਈਬਰ ਦੀ ਇਹ ਮੀਟਾ ਮੂਸਲ ਲਵੋ, 2 ਚਮਚੇ ਜਾਂ 1 ਚਮਚਾ ਰੋਜ਼ ਪਾਣੀ ਦੇ ਗਲਾਸ ਵਿੱਚ, ਜਿੱਦਾਂ ਗਲਾਸ ਭਰ ਲਵੋ ਪੂਰਾ, ਉਹ 'ਚ 1 ਚਮਚਾ ਘੋਲ ਕੇ ਪੀ ਲਵੋ। ਤੁਹਾਨੂੰ ਦੇਖਿਓ 2-3 ਦਿਨ ਵਿੱਚ ਪਤਾ ਲੱਗਣ ਲੱਗ ਪੈਣਾ। ਸੋ ਇਹ ਨੈਚੁਰਲ ਤਰੀਕਾ ਆ, ਅਤੇ ਫਾਈਬਰ ਆ, ਜੇ ਟਰਾਈ ਕਰੋ ਫੂਡ 'ਚੋਂ ਮਿਲਦਾ ਤਾਂ ਵਧੀਆ ਆ, ਪਰ ਤੁਸੀਂ ਆਹ ਵਰਤ ਕੇ ਦੇਖ ਲਓ ਜਾਂ ਵਰਤ ਕੇ ਦੇਖ ਲਓ। ਸੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ, ਜਿਉਂਦੇ ਵਾਸਤੇ ਰਹੋ, ਰੱਬ ਰੱਖ।